ਟੰਡਾ ਦੇ ਭਾਈ ਕਨੀਆ ਚੌਕ ਵਿੱਚ ਕਿਸਾਨਾਂ ਨੇ ਕੀਤਾ ਚੱਕਾ ਜਾਮ ਦੱਸਦੀ ਹੈ ਕਿ ਪੂਰੇ ਭਾਰਤ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ 6 ਫਰਵਰੀ ਦੀ ਚੱਕੀ ਜਾਮ ਦੀ ਕਾਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਟੰਡਾ ਦੇ ਭਾਈ ਕਨੀਆ ਚੌਕ ਵਿਖੇ ਚੱਕਾ ਜਾਮ ਕੀਤਾ ਅਤੇ ਗ੍ਰਿੰਦਰ ਸਰਕਾਰ ਖਲਾਫ ਜਮ ਕੇ ਨਾਅਰੇ ਬੁਲੰਦ ਕੀਤੇ ਕਾਲੇ ਕਾਨੂੰਨ ਰੱਪ ਕਰੋ ਹਾਂਜੀ ਮੇਰਾ ਨਾਮ ਅਮਰਜੀਤ ਤਹਣੀ ਕੀਰਤਿਕ ਸੰਜਲਾ ਬਠਿੰਡਾ ਦਾ ਪ੍ਰਧਾਨ ਅੱਜ ਜੋ ਜਾਮਾ ਪੂਰੇ ਭਾਰਤ ਦੇ ਵਿੱਚ ਜਿਹੜਾ 32 ਸੰਗਠਨ ਪੰਜਾਬ ਦੇ ਤੇ ਕਿਸਾਨਾਂ ਦੀ ਜੋ ਕਮੇਟੀ ਬਣੀ ਵੀ ਹੈ ਭਾਰਤ ਪੱਧਰ ਦੀ ਉਹਦੇ ਸੱਦੇ ਤਹਿਤ ਪੂਰੇ ਭਾਰਤ ਦੇ 3 ਘੰਟੇ ਦਾ ਜਾਮਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ 2 ਮਹੀਨਿਆਂ ਤੋਂ ਦਿੱਲੀ ਦੇ ਵਿੱਚ ਮੋਰਚਾ ਲਗਾਇਆ ਹੋਇਆ ਸਰਕਾਰ ਦੇ ਕੰਨ ਤੱਕ ਜੂਣੀ ਸਰਕਦੀ ਜੇ ਸਰਕਾਰ ਗੱਲਬਾਤ ਕਰਦੀ ਹੈ ਤੇ ਉਹ ਸਰਕਾਰ ਦੇ ਕੋਈ ਰੱਟਾ ਕਿ ਅਸੀਂ ਸੌਦਾ ਕਰਨ ਨੂੰ ਤਿਆਰ ਹਾਂ ਇਹ ਰਾਜਿਆਂ ਦਾ ਵਿਸਾ ਜਿਹੜਾ ਖੇਤੀਬਾੜੀ ਵਾਲਾ ਉਸ ਮੰਗ ਨੂੰ ਲੈ ਕੇ ਅਸੀਂ ਬੈਠੇ تھے ਅੱਜ ਵੀ ਜਿਹੜਾ ਉਸੇ ਲੜੀ ਦੇ ਤਹਿਤ ਪੂਰੇ ਭਾਰਤ ਦੇ ਚ ਤਿੰਨ ਘੰਟਿਆਂ ਦਾ ਚੱਕਾ ਜਾਵਾ 12 ਤੋਂ ਲਾ ਕੇ ਤਿੰਨ ਤਿੱਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਨੂੰਨ ਰੱਦ ਕਰਾਉਣ ਦੀ ਖਾਤਰ ਤਿੱਖਾ ਸੰਘਰਸ਼ ਕੀਤਾ ਜਾਊਗਾ ਵਿਆਪਕ ਵੱਡੀ ਪੱਧਰ ਤੇ ਜਿਹੜੇ ਲੋਕ ਆ ਉਹ ਦਿੱਲੀ ਲਈ ਆ ਕੇ ਜੋ ਮੋਰਚੇ ਉਹ ਮੱਲੇ ਜਾਣਗੇ ਤਾਂ ਕਿ ਜਿਹੜੇ ਇਹ ਚਾਰੇ ਤਿੰਨੇ ਕਾਨੂੰਨ ਇਹਨਾਂ ਨੂੰ ਰੱਦ ਕਰਾਇਆ ਜਾ ਸਕੇ ਜੇ ਅਗਰ ਸਰਕਾਰ ਫਿਰ ਵੀ ਮੰਨਦੀ ਅਗਲੇ ਦੀ ਰਾਜਨੀਤੀ ਇਸ ਤਰ੍ਹਾਂ ਹੀ ਹੋਵੇ ਦੇਖੋ ਜੀ ਸਰਕਾਰ ਤਾਂ ਮੰਨੂਗੀ ਗੱਲ ਕਰ ਸਿੱਧਾ ਕਹਿਣਾ ਔਖਾ ਵੀ ਅਸੀਂ ਇਹ ਕਿੰਨੇ ਕਾਨੂੰਨ ਵਾਪਸ ਲੈਣੇ ਆ ਜੇ ਸੋਧਾਂ ਤੇ ਆ ਗਏ ਤਾਂ ਮਤਲਬ ਕਿ ਸਰਕਾਰ ਦੇ ਕਾਨੂੰਨ ਗਲਤ ਆ ਸਾਨੂੰ ਪਤਾ ਕਿ ਅਸੀਂ 6 ਮਹੀਨਿਆਂ ਦਾ ਕਹਿ ਕੇ ਗਿਆ ਮੋਰਚੇ ਦਾ ਹਜੇ 70 ਦਿਨ ਹੋਇਆ ਬਾਕੀ ਪੌਣੇ 4 ਮਹੀਨੇ ਪਏ ਆ ਤੇ ਪੌਣੇ 4 ਮਹੀਨੇ ਤਾਂ ਇੱਧਰ ਦਾ ਇੱਧਰ ਹੋ ਜਾਊਗਾ ਮੋਦੀ ਸਰਕਾਰ ਤੋਂ ਇਹ ਜਿਹੜੇ ਚਾਰੇ ਕਾਨੂੰਨ ਆ ਲਾਗੂ ਕਰਾ ਕੇ ਆਵਾਂਗੇ 12 ਮਿੰਟਾਂ ਹੋ ਚੁੱਕੀਆਂ ਕਿ ਤੁਹਾਡਾ ਇਹ ਨਹੀਂ ਲੱਗਦਾ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪ ਅੱਗੇ ਆਉਣਾ ਚਾਹੀਦਾ ਦੇਖੋ ਜੀ ਫਾਸੀਵਾਦੀ ਜਿਹੜੇ ਲੋਕ ਹੁੰਦੇ ਆ ਉਹ ਸਿੱਸੀ ਆਪੇ ਮੂਰੇ ਨਹੀਂ ਆਉਂਦੇ ਹੁਣ ਵੀ ਜਦੋਂ 26 ਦੀ ਘਟਨਾ ਤੋਂ ਬਾਅਦ ਵੀ ਕਿਹਾ ਕਹਿੰਦੇ ਇੱਕ ਕਾਲ ਕਰੋ ਤੁਹਾਡੇ ਨਾਲ ਗੱਲਬਾਤ ਪਿਆਰਾ ਜੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਲੋਕਾਂ ਦਾ ਪ੍ਰਧਾਨ ਮੰਤਰੀ ਆ ਜੇ ਕਿਸਾਨ ਸੰਗਠਨ ਨਹੀਂ ਕਰਦੇ ਤੂੰ ਜਾ ਕੇ ਕਿਹਾ ਕਿ ਭਾਈ ਤੁਹਾਡਾ ਮਸਲਾ ਦੱਸੋ ਜੇ ਮੈਂ ਚੀਜ਼ ਨਹੀਂ ਲੈਣਾ ਚਾਹੁੰਦਾ ਤੇ ਮੈਨੂੰ ਜਬਰੀ ਕਿਉਂ ਛੋਚੀ ਜਾਂਦੇ ਉਹਨੇ ਲੋਕਾਂ ਦੀ ਖਾਤਰ ਕਿਸਾਨਾਂ ਦੀ ਖਾਤਰ ਕਾਨੂੰਨ ਬਣਾਇਆ ਕਿਸਾਨ ਰਾਜੀ ਨੀਤੇ ਉਹਨਾਂ ਨੂੰ ਰੱਦ ਕਰਦੇ ਪਰ ਪ੍ਰੋਬਲਮ ਇਹ ਆ ਕਿ ਜਿੱਡਾ ਵੱਡਾ ਨਰਿੰਦਰ ਮੋਦੀ ਦਾ ਪਾਰਟੀ ਤੋਂ ਵੱਡਾ ਕਦਮ ਬਣਾਤਾ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਕੁਝ ਬੜ ਇਸ਼ੇ ਕਰਕੇ ਹੁਣ ਅੜੀ ਚ ਬੈਠਿਆ ਬਾਕੀ ਕੋਸ ਤਾਂ ਸਾਰਾ ਕੁਝ ੱਡੀ ਬੈਠਿਆ ਭਿੰਡਾ ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ